फिर ना धोखा होया कुड़ी ते सत्त बैंडा है तीगे कुड़ी बाहर गई चल सन दस के भी नहीं गई साढ़ा बहुत बहुत वड्डा धोखा होया वा बाहर भेजण दे लई उह कुड़ी नूं उहनां दे प्यो ने कहा भी सी ਵੀ ਮੇਰੇ ਵੀ ਮੇਰੀ ਬੇਟੀ ਨੂੰ ਬੈਂਡ ਆ ਗਏ ਵੀ ਜੇ ਕਮਲ ਤੂੰ ਕਰ ਸਕਦਾ ਵੀ ਚੱਲ ਆਪਣੇ ਤੂੰ ਆਪਣੇ ਬੇਟੇ ਨੂੰ ਮੇਰਾ ਬੇਟੀ ਦਾ ਰਿਸ਼ਤਾ ਲੈ ਲਾ ਇਹ ਕਹਿੰਦਾ ਵੀ ਚੱਲ ਕੋਈ ਨਾ ਸੋਚਾਂਗੇ ਘਰ ਦੇ ਨਾਲ ਸਲਾਹ ਕਰਾਂਗੇ ਅਸੀਂ ਵੀ ਫਿਰ ਕੋਈ ਨਾ ਸੋਚ ਲਾਂਗੇ ਉਹਨੇ ਫੋਟੋਆਂ ਫੋਟੋਆਂ ਭੇਜੀਆਂ ਸਾਨੂੰ ਉੱਧਰ ਉੱਧਰ ਫਿਰ ਅਸੀਂ ਕੁੜੀ ਦੇਖਣ ਗਏ ਚੱਲ ਅਸੀਂ ਕੁੜੀ ਦਾ ਵੀ ਕੋਈ ਦੇਖਣ ਨਹੀਂ ਸੀ ਚੱਲ ਠੀਕ ਆ ਸਾਡੇ ਬੱਚੇ ਦੀ ਜ਼ਿੰਦਗੀ ਬਣਦੀ ਆ ਵਿਆਹਨਾ ਕੁੜੀ ਅਸੀਂ ਫੇਰੇ ਚਾਵਾਂ ਲਾਡਾਂ ਦੇ ਨਾਲ ਰੱਖੀ ਉਹ ਅਤੇ ਕੋਈ ਫਰਕ ਨਹੀਂ ਸੀ ਨੂੰਹ ਧੀ ਜੇ ਕੁੜੀ ਬਣਾ ਕੇ ਅਸੀਂ ਲਿਆਈ ਸਾਰਾ ਖਰਚਾ ਅਸੀਂ ਕੀਤਾ ਮੇਰੇ ਬੱਚੇ ਦੀ ਜ਼ਿੰਦਗੀ ਬਰਬਾਦ ਕਰਕੇ ਚਲੇ ਗਈ ਸਾਨੂੰ ਇਹ ਵੀ ਨਹੀਂ ਪਤਾ ਦੱਸ ਕੇ ਗਈ ਹੁਣ ਵੀ ਕਿੱਥੇ ਗਈ ਆ ਕਿੱਥੇ ਨਹੀਂ ਗਈ ਉਹ ਐਡਾ ਧੋਖਾ ਉਹਨਾਂ ਨੇ ਸਾਡੇ ਨਾਲ ਕੀਤਾ ਬਲਜੀਤ ਕੌਰ ਪਿੰਡ ਪੜਾਉਂਦੀ ਆ ਜੀ ਬਲਜੀਤ ਵੱਡਾ ਦੌਦਪੁਰ ਜੀ ਸ਼ਨਾਜ ਵਾਲੀਆ ਕੁੜੀ ਦਾ ਨਾਂ ਜੀ ਅਤੇ ਇੱਕਣ ਤੇ ਇੱਕਣ ਉਹਨਾਂ ਸਾਡੇ ਨਾਲ ਕਰਿਆ ਧੋਖਾ ਕਰਿਆ ਜੀ ਵਿਆਹਨਾ ਕੁੜੀ ਅਸੀਂ ਫੇਰੇ ਚਾਵਾਂ ਲਾਡਾਂ ਦੇ ਨਾਲ ਰੱਖੀ ਉਹ ਅਤੇ ਕੋਈ ਫਰਕ ਨਹੀਂ ਸੀ ਨੂੰਹ ਧੀ ਜੇ ਕੁੜੀ ਬਣਾ ਕੇ ਅਸੀਂ ਲਈ ਸਾਰਾ ਖਰਚਾ ਅਸੀਂ ਕੀਤਾ 18 ਲੱਖ ਰੁਪਈਆ ਅਸੀਂ ਵਿਆਹ 'ਤੇ ਚੱਕ ਕੇ ਉਹਦੀਆਂ ਫੀਸਾਂ ਭਰਾਈਆਂ ਚੰਡੀਗੜ੍ਹ ਅਸੀਂ ਆਪ ਭਰਾ ਕੇ ਆਏ ਅਤੇ ਉਹਨਾਂ ਨੇ ਸਾਡੇ ਘਰ ਪੁਲਿਸ ਲਿਆਂਦੀ 25ਵੇਂ ਦਿਨ 26ਵੇਂ ਦਿਨ ਤਾਂ ਕੁੜੀ ਉਹਨੂੰ ਵਾਪਸ ਲੈ ਗਏ ਆਪਣੇ ਉੱਥੇ ਕਨੇਡਾ ਦਾ ਸੀਗਾ ਜੀ ਖਰਚਾ ਕਿੰਨਾ ਕੁ ਹੋ ਗਿਆ ਖਰਚਾ ਸਾਡਾ 30 ਲੱਖ ਰੁਪਈਆ ਖਰਚਾ ਹੋ ਗਿਆ ਜੀ ਸਾਰਾ ਟੋਟਲ ਅਸੀਂ ਖਰਚਾ ਕਰਿਆ ਇੱਕ ਇੱਕ ਅਸੀਂ ਖਰਚਾ ਕੀਤਾ ਸਾਰਾ ਸਾਰੇ ਅਸੀਂ ਚੌਲ ਅੱਡ ਕੀਤੇ ਸਾਡਾ ਕੋਈ ਰਸ ਨਹੀਂ ਆਇਆ ਹੈਗਾ ਮੇਰੇ ਬੱਚੇ ਦੀ ਜ਼ਿੰਦਗੀ ਬਰਬਾਦ ਕਰਕੇ ਚਲੇ ਗਈ ਸਾਨੂੰ ਇਹ ਵੀ ਨਹੀਂ ਪਤਾ ਦੱਸ ਕੇ ਗਈ ਹੁਣ ਵੀ ਕਿੱਥੇ ਗਈ ਆ ਕਿੱਥੇ ਨਹੀਂ ਗਈ ਉਹ ਐਡਾ ਧੋਖਾ ਉਹਨਾਂ ਨੇ ਸਾਡੇ ਨਾਲ ਕੀਤਾ ਆਈਲੈਟਸ ਕੀਤੀ ਹੋਈ ਹਾਂਜੀ ਆਪਣੇ ਬੱਚੇ ਨੂੰ ਬਾਹਰ ਭੇਜਣ ਦੇ ਲਈ ਉਹ ਕੁੜੀ ਨੇ ਉਹਨਾਂ ਦੇ ਪਿਓ ਨੇ ਕਿਹਾ ਵੀ ਅਸੀਂ ਵੀ ਮੇਰੀ ਬੇਟੀ ਨੂੰ ਬੈਂਡ ਆ ਗਏ ਵੀ ਜੇ ਕਮਲ ਤੂੰ ਕਰ ਸਕਦਾ ਵੀ ਚੱਲ ਆਪਣੇ ਤੂੰ ਆਪਣੇ ਬੇਟੇ ਨੂੰ ਮੇਰਾ ਬੇਟੀ ਦਾ ਰਿਸ਼ਤਾ ਲੈ ਲਾ ਇਹ ਕਹਿੰਦਾ ਵੀ ਚੱਲ ਕੋਈ ਨਾ ਸੋਚਾਂਗੇ ਘਰ ਦੇ ਨਾਲ ਸਲਾਹ ਕਰਾਂਗੇ ਅਸੀਂ ਵੀ ਫਿਰ ਕੋਈ ਨਾ ਸੋਚ ਲਾਂਗੇ ਉਹਨੇ ਫੋਟੋਆਂ ਫੋਟੋਆਂ ਭੇਜੀਆਂ ਸਾਨੂੰ ਉੱਧਰ ਉੱਧਰ ਫਿਰ ਅਸੀਂ ਕੁੜੀ ਦੇਖਣ ਗਏ ਚੱਲ ਅਸੀਂ ਕੁੜੀ ਦਾ ਵੀ ਕੋਈ ਦੇਖਣ ਨਹੀਂ ਸੀ ਚੱਲ ਠੀਕ ਆ ਸਾਡੇ ਬੱਚੇ ਦੀ ਜ਼ਿੰਦਗੀ ਬਣਦੀ ਆ ਇਹ ਸੋਚ ਕੇ ਅਸੀਂ ਰਿਸ਼ਤਾ ਜੋੜ ਲਿਆ ਇਹ ਰਿਸ਼ਤਾ ਜੋੜ ਕੇ ਸਾਡੇ ਨਾਲ ਉਹਨਾਂ ਨੇ ਐਡਾ ਬੜਾ ਧੋਖਾ ਕੀਤਾ ਸਾਨੂੰ ਪਤਾ ਨਹੀਂ ਸੀਗਾ ਵੀ ਸਾਡੇ ਨਾਲ ਐਡਾ ਧੋਖਾ ਕਰੂਗਾ ਪਰ ਉਹ ਹੱਥ ਬੰਨਦਾ ਰਿਹਾ ਵੀ ਮੇਰੇ ਕੋਲ ਤਾਂ ਕੱਲੀ ਉਹ ਧੀ ਹੈ ਸਾਰਾ ਖਰਚਾ ਅਸੀਂ ਕਰਿਆ ਇੱਕ ਇੱਕ ਖਰਚਾ ਅਸੀਂ ਇੱਕ ਇੱਕ ਚੌਕੜੀ ਦਾ ਕੀਤਾ ਵਾ ਸਾਰਾ ਲਾਡ ਪਿਆਰ ਕੀਤੇ ਰੋਜ਼ ਸਵੇਰੇ ਉੱਠ ਕੇ ਆਉਂਦੀ ਸੀ ਗੁੱਡ ਮਾਰਨਿੰਗ ਕਰਦੀ ਚੁੰਮਦੀ ਸੀ ਮੈਨੂੰ ਬਹੁਤ ਪਿਆਰ ਕਰਦੀ ਸੀ ਪਤਾ ਨਹੀਂ ਉਹਦੇ ਪਿਓ ਦੇ ਮਨ 'ਚ ਸੀ ਪਤਾ ਨਹੀਂ ਉਹਦੀ ਮਾਂ ਦੇ ਸਾਰਿਆਂ ਦੇ ਕੀ ਮਨਾਂ ਦੇ ਵਿੱਚ ਉਹਨਾਂ ਦੇ ਧੋਖਾ ਸੀਗਾ ਸਾਡੇ ਨਾਲ ਇੰਨੇ ਸਹੁ ਸਗਰੀ ਬੰਦਿਆਂ ਦੇ ਨਾਲ ਸਾਡੇ ਨਾਲ ਉਹਨਾਂ ਨੇ ਧੋਖਾ ਕੀਤਾ ਬਹੁਤ ਜ਼ਿਆਦਾ ਬੜਾ ਧੋਖਾ ਅਤੇ ਮੇਰੇ ਪਤੀ ਦੀ ਨਿਗਾਹ ਚਲੇ ਗਈ ਟੈਨਸ਼ਨ ਦੇ ਵਿੱਚ ਮੇਰਾ ਬੀਪੀ ਵੱਧਦਾ ਮੈਂ ਵੀ ਢਿੱਲੀ ਰਹਿੰਦੀ ਹਾਂ ਸਾਡੇ ਨਾਲ ਬਹੁਤ ਬੜਾ ਉਹਨਾਂ ਨੇ ਧੋਖਾ ਕੀਤਾ ਅਸੀਂ ਇਹ ਸੋਚਿਆ ਵੀ ਬੜੀ ਤੇ ਬੜੀ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਆ ਵੀ ਕਿਸੇ ਹੋਰ ਦੇ ਧੀ ਨਾਲ ਨਾ ਇੱਕਣ ਹੋਵੇ ਪੁੱਤ ਨਾਲ ਹੋਵੇ ਨਾ ਇੱਕਣ ਕਿਸੇ ਨਾਲ ਮੇਰੇ ਪੁੱਤ ਦੀ ਜ਼ਿੰਦਗੀ ਉਹਨਾਂ ਨੇ ਬਰਬਾਦ ਕਰਤੀ ਅਸੀਂ ਸੋਚਿਆ ਦੀ ਵੀ ਮੇਰਾ ਬੱਚਾ ਚੱਲ ਸੈਟ ਹੋ ਜੂਗਾ ਚੱਲ ਬਾਹਰ ਚਲੇ ਜਾਊਗਾ ਇਹ ਵੀ ਅਸੀਂ ਪੈਸੇ ਲਾ ਦਿੰਦੇ ਅਸੀਂ ਸਾਰਾ ਪੈਸਾ ਚੱਕ ਕੇ ਵਿਆਹ 'ਤੇ ਅਸੀਂ ਉਹਦੀਆਂ ਫੀਸਾਂ ਭਰਾਈਆਂ ਚੌਲ ਅੱਡ ਕੀਤੇ ਇੱਕ ਇੱਕ ਚੌਕ ਕੀਤਾ ਡੁੰਬਾ ਗਹਿਣੇ ਸਭ ਪਾਏ ਨੇ ਅਸੀਂ ਹਰ ਟਾਈਮ ਮੇਰੇ ਕੋਲ ਬਹਿੰਦੀ ਦੀ ਖੜਦੀ ਇੱਕ ਕਮਰੇ 'ਚ ਅਸੀਂ ਪੈਂਦੇ ਤੇ ਅਸੀਂ ਵਾਲੇ ਕਮਰੇ 'ਚ ਤਿੰਨੇ ਮਾਂ ਪੁੱਤ 30 ਲੱਖ ਰੁਪਈਆ ਲਾਇਆ ਹਾਂਜੀ ਕਿੰਨਾ ਖਰਚਾ 30 ਲੱਖ ਵਿਆਹ 'ਤੇ ਖਰਚਾ ਹੀ ਆਇਆ ਮੰਗਣੇ 'ਤੇ ਵੀ ਅਸੀਂ ਖਰਚਾ ਕੀਤਾ ਵਿਆਹ 'ਤੇ ਵੀ ਅਸੀਂ ਖਰਚਾ ਕੀਤਾ ਸਾਰਾ ਖਰਚਾ ਅਸੀਂ ਉਹ ਕੀਤਾ ਉਹਨਾਂ ਨੇ ਸਿਰਫ ਕੁੜੀ ਵਾਲੇ ਤਿਆਰ ਹੋ ਕੇ ਪੈਲਸ ਦੇ ਵਿੱਚ ਆਏ ਨੇ ਉਹ ਪਰ ਇਹ ਧੋਖਾ ਜਾਣ ਦੀਆਂ ਜਿਹੜੀਆਂ ਫੀਸਾਂ ਵਗੈਰਾ ਭਰੀ ਉਹ ਵੀ ਸਾਰੀਆਂ ਅਸੀਂ ਭਰੀਆਂ ਸਾਰਾ ਉਹਨਾਂ ਨੇ ਬੰਗੜੇ ਤੋਂ ਪਹਿਲਾਂ ਸਾਰੀਆਂ ਸਾਤੋਂ ਫੀਸਾਂ ਭਰਾ ਲਈਆਂ ਚਾਚੇ ਦੇ ਅਕਾਊਂਟ 'ਚ ਗਿਆ 4.5 ਲੱਖ ਰੁਪਈਆ ਉਹਦੀ ਮਾਂ ਦੇ ਅਕਾਊਂਟ 'ਚ ਗਏ ਮੁੰਡੇ ਦੇ ਅਕਾਊਂਟ 'ਚੋਂ ਗਈਆਂ ਅਤੇ ਡੈਡੀ ਦੇ ਅਕਾਊਂਟ 'ਚੋਂ ਗਈਆਂ ਸਾਰਾ ਪੈਸਾ ਚੱਕ ਕੇ ਅਸੀਂ ਵਿਆਜ 'ਤੇ ਲਾਇਆ ਤੁਸੀਂ ਕੰਮ ਕੀ ਕਰਦੇ ਹੋ ਤੁਹਾਡੇ ਸਾਡਾ ਅਸੀਂ ਮੇਰੇ ਫੁੱਲਾਂ ਦਾ ਕੰਮ ਆ ਜੀ ਸਾਡਾ ਮੇਰੇ ਪਤੀ ਦਾ ਜੀ ਜਿਹੜਾ 30 ਲੱਖ ਤੁਸੀਂ ਕਹਿੰਦੇ ਹੋ ਵੀ ਲਿੱਤਾ ਕਿਵੇਂ 30 ਲੱਖ ਅਸੀਂ ਜੀ ਲੋਨ ਲੈ ਕੇ ਕਰਿਆ ਜੀ ਲੋਨ ਲੈ ਕੇ ਚ ਕਿਵੇਂ ਲੰਘੇ ਹੋ ਹਾਂਜੀ ਅਸੀਂ ਲੋਨ ਲੈ ਕੇ ਕਰਿਆ ਅਸੀਂ ਤਾਂ ਸਾਲ ਹੋ ਗਿਆ ਅਸੀਂ ਤਾਂ ਬਿਮਾਰੀ ਪਏ ਆ ਦੋ ਜਣੇ ਮੁੰਡਾ ਉਹ ਮੇਰਾ ਘੱਟ ਘੱਟ ਕੇ ਇੱਦਾਂ ਹੋਇਆ ਪਿਆ
ਸੋਚ ਸੋਚ ਕੇ ਡੈਡੀ ਕਿੰਨੀ ਦੇਖਦਾ ਤਾਂ ਸੋਚਦਾ, ਫਿਰ ਉਹ ਇਕੱਲਾ ਰਹਿੰਦਾ ਉਹਦੇ ਨਾਲ ਚਲੇ ਜਾਂਦਾ ਉਹ ਹੱਥ ਪਟਾਉਣ ਵੀ ਚੱਲ ਮੈਂ ਦੁਕਾਨ ਤੇ ਜਾਂਦਾ ਸ਼ੋਪ ਤੇ, ਉਹਦੀ ਨਿਗਾਹ ਘੱਟ ਗਈ, ਸ਼ੂਗਰ ਵੱਧਦਾ ਇਹਦਾ ਇੰਨਾ। ਜਦ ਵਿਆਹ ਹੋਇਆ ਤੁਸੀਂ ਮੁੰਡੇ ਦਾ ਵਿਆਹ ਕੀਤਾ ਤਾਂ ਕਿੰਨੇ ਚਾਅ ਸੀਗੇ? ਬਹੁਤ ਚਾਅ ਸੀ, ਇੱਕ ਇੱਕ ਚਾਅ ਤੀ, ਅਸੀਂ ਇੰਨੇ ਵਧੀਆ ਵਧੀਆ ਡਰੈਸਾਂ ਪਾਈਆਂ ਉਹਨੂੰ, ਇੰਨੇ ਇੰਨੇ ਵਧੀਆ ਚੌਲਾਟ ਕੀਤੇ, ਫ੍ਰੀ ਵੈਡਿੰਗਾਂ ਕੀਤੀਆਂ। ਸਾਨੂੰ ਪਤਾ ਨਹੀਂ ਸੀ ਵੀ ਉਹ ਸਾਨੂੰ ਐਡਾ ਧੋਖਾ ਦੇ ਕੇ ਜਾਊਗੀ, ਸਾਡੇ ਦਿਲ 'ਚ ਕੋਈ ਗੱਲ ਨਹੀਂ ਸੀਗੀ ਇੱਦਾਂ ਦੀ, ਸਾਡੇ ਜਮਾਂ ਯਾਦ ਨਹੀਂ ਸੀਗਾ। ਸਾਨੂੰ ਤਾਂ ਇਹ ਵੀ ਨਹੀਂ ਸੀ ਪਤਾ ਵੀ ਸਾਡੇ ਘਰੇ ਪੁਲਿਸ ਲੈ ਕੇ ਆਊਗਾ। ਕੁੜੀ ਨੇ ਤਲਾਕ ਲਿੱਤਾ ਹੁਣ ਤੁਹਾਨੂੰ ਕੋਈ ਕੰਮ? ਨਹੀਂ, ਕੋਈ ਤਲਾਕ ਨਹੀਂ ਦਿੱਤਾ, ਕੋਈ ਕਾਗਜ਼ ਪੱਤਰ ਕੁਛ ਨਹੀਂ, ਮੇਰੇ ਮੁੰਡੇ ਨੂੰ ਵਿਚਾਰੇ ਡੋਬ ਕੇ ਉਹ ਚਲੇ ਗਈ ਆ, ਧੋਖਾ ਦੇ ਗਈ ਐਡਾ। ਜਿੰਨਾ ਤੱਕ ਉਹਨੂੰ ਵਾਪਸ ਬੁਲਾਓ ਉਹਨੂੰ ਕੈਨੇਡਾ ਤੋਂ, ਤਾਂ ਮੇਰੇ ਮੁੰਡੇ ਦਾ ਫੈਸਲਾ ਹੋਊਗਾ। ਅਸੀਂ ਵੀ ਕੱਲ੍ਹ ਨੂੰ ਆਪਣੇ ਬੱਚੇ ਬਾਰੇ ਸੋਚਣਾ, ਅਤੇ ਉਹ ਮੁੰਡੇ ਨੂੰ ਤਲਾਕ ਦੇ ਕੇ ਜਾਵੇ, ਬਾਹਰੋਂ ਉਹ ਬੁਲਾਈ ਜਾਵੇ, ਜਾਂ ਬੜੀ ਤੋਂ ਬੜੀ ਸਜ਼ਾ ਉਹਨਾਂ ਨੂੰ ਦਿੱਤੀ ਜਾਵੇ, ਉਹਦੇ ਮਾਂ ਪਿਓ ਨੂੰ ਵੀ, ਕਿਸੇ ਗਾਹਾਂ ਨੂੰ ਕਿਸੇ ਹੋਰ ਨਾਲ ਉਹ ਏਕਣ ਧੋਖਾ ਕਰਨ ਨਾ। ਕਰਜੋ ਸਿੰਘ ਜੀ, ਪਿੰਡ ਪੜੌਦੀ ਜੀ, ਵਿਆਹ ਹੋਇਆ ਸੀਗਾ ਜੀ 5ਵੇਂ ਮਹੀਨੇ ਦੀ 4 ਤਰੀਕ ਨੂੰ ਵਿਆਹ ਹੋਇਆ ਸੀਗਾ 2022 ਦੇ ਵਿੱਚ, ਅਤੇ ਸਾਡੇ ਨਾਲ ਧੋਖਾ ਹੋਇਆ, ਕੁੜੀ ਦੇ 7 ਬੈਂਡ ਆਏ ਸੀਗੇ, ਕੁੜੀ ਬਾਹਰ ਗਈ ਚੱਲ, ਸਾਨੂੰ ਦੱਸ ਕੇ ਵੀ ਨਹੀਂ ਗਈ, ਸਾਡੇ ਨਾਲ ਬਹੁਤ ਬਹੁਤ ਵੱਡਾ ਧੋਖਾ ਹੋਇਆ ਵਾ। ਵਿਆਹ 'ਤੇ ਸਾਰਾ ਅਸੀਂ ਖਰਚਾ ਕੀਤਾ ਜੀ, ਵਿਆਹ ਮੰਗਣੇ 'ਤੇ ਕੁੜੀ ਦੀਆਂ ਫੀਸਾਂ ਭਰੀਆਂ 17,40,000 ਰੁਪਇਆ, 11,00,000 ਰੁਪਇਆ ਸਾਡਾ ਵਿਆਹ 'ਤੇ ਲੱਗ ਗਿਆ ਜੀ। ਹੁਣ ਤੱਕ ਸਾਰਾ ਖਰਚਾ ਅਸੀਂ ਕੀਤਾ ਜੀ ਵਿਆਹ ਮੰਗਣੇ ਦਾ, ਅਸੀਂ ਬਰਬਾਦ ਹੋ ਗਏ ਜੀ। ਪੈਸੇ ਜਿਹੜੇ ਖਰਚੇ ਨੇ ਕਿਵੇਂ ਆਏ ਪੈਸੇ, ਕਿਵੇਂ ਲੋਨ ਲਿਆ ਹੋਣਾ? ਹਾਂਜੀ, ਅਸੀਂ ਲੋਨ ਲਿੱਤਾ ਸੀ 10,00,000 ਰੁਪਇਆ ਲੋਨ ਲਿੱਤਾ ਸੀ, 18,00,000 ਰੁਪਇਆ ਅਸੀਂ ਵਿਆਜ 'ਤੇ ਫੜਿਆ ਸੀਗਾ ਜੀ, 10,00,000 ਰੁਪਇਆ ਲੋਨ ਲਿੱਤਾ, 18,00,000 ਰੁਪਏ ਵਿਆਜ 'ਤੇ ਫੜਿਆ ਸੀਗਾ ਜੀ। ਇਸ ਕਰਕੇ ਅਸੀਂ ਕਿਹਾ ਵੀ ਚਲੋ ਬਾਹਰ ਦਾ ਬਣਾ ਲੈਂਦੇ ਹਾਂ, ਕੁੜੀ ਦੇ 7 ਬੈਂਡ ਆਏ ਸੀਗੇ, ਸਨਾਜ ਪਾ ਲਈ ਨਾਂ ਸੀਗਾ ਜੀ ਉਹਦਾ, ਪਤਾ ਨਹੀਂ ਕਿੱਥੇ ਚੱਲੀ ਗਈ, ਸਾਨੂੰ ਦੱਸ ਕੇ ਵੀ ਨਹੀਂ ਗਈ ਜੀ। ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ, ਸਮਰਾਲੇ ਲਾਗੇ ਪਿੰਡ ਪੜੌਦੀ ਹੈ ਜੀ, ਛੋਟੀ ਜਿਹੀ ਮੇਰੀ ਦੁਕਾਨਦਾਰ ਆ, ਫੁੱਲਾਂ ਦਾ ਕੰਮ ਆ ਮੇਰਾ, ਮੈਂ 1995 ਤੋਂ ਕੰਮ ਕਰ ਰਿਹਾ। ਜਿਵੇਂ ਗੁੱਡੀ ਨੂੰ ਉਹਦੀ ਬੈਂਡ ਆਏ ਸੀ, ਮੇਰਾ ਦੋਸਤ ਬਣ ਗਈ 3 ਸਾਲ ਪਹਿਲਾਂ, ਮੈਨੂੰ ਕਤੂਬਰ ਦੇ ਵਿੱਚ ਫੋਟੋ ਪਾ ਕੇ ਕਹਿੰਦਾ ਵੀ ਆਪਾਂ ਰਿਸ਼ਤੇ ਯਾਰੀ ਦੋਸਤ ਰਿਸ਼ਤੇ ਦਾਰ ਜੀ ਪਲ ਦੇਈਏ, ਮੈਂ ਕਿਹਾ ਨਹੀਂ ਵੀਰ ਜੀ, ਬੇਟੇ ਦੀ ਉਮਰ ਘੱਟ ਆ, ਥੋੜ੍ਹੀ ਪੂੰਜੀ ਦੀ ਵੀ ਬਹੁਤ ਤੰਗੀ ਚੱਲ ਰਹੀ ਆ, ਕਿਉਂਕਿ ਲੋਕਡਾਊਨ ਲੰਘ ਕੇ ਹਟਿਆ ਸੀਗਾ। ਉਸ ਤੋਂ ਬਾਅਦ ਕਹਿੰਦਾ ਵੀ ਕੋਈ ਗੱਲ ਨਹੀਂ, ਆਪਾਂ ਦੇਖ ਕੇ ਕਰ ਲਵਾਂਗੇ, ਮੈਂ ਕਿਹਾ ਨਹੀਂ, ਮਨਾ ਕਰਤਾ। ਦਿੱਲੀ ਏਅਰਪੋਰਟ 'ਤੇ ਚਲੇ ਗਿਆ ਬੇਟੇ ਤੀਜੇ ਨੂੰ ਚੜਾਉਣ, ਉੱਥੋਂ ਵਿਚਾਰ ਬਣ, ਮੰਮੀ ਨੂੰ ਕਹਿੰਦਾ ਕੁੜੀ ਬੈਂਡ ਵਾਲੀ ਕੋਈ ਦੇਖ ਲਓ। ਉਸ ਤੋਂ ਬਾਅਦ ਕੁੜੀ ਦੀ ਚਲੋ ਪੜਤਾਲ ਕਰਨ ਲੱਗ ਗਏ, ਫੋਟੋ ਆਈ ਸੀਗੀ, ਮੈਂ ਅਚਾਨਕ ਫੋਨ ਕਰ ਬੈਠਿਆ, ਮੈਂ ਵੀਰ ਜੀ ਕੁੜੀ ਕਿਸੇ ਪਾਸੇ ਹੋਇਆ ਤਾਂ ਨਹੀਂ? ਕਹਿੰਦੇ ਨਹੀਂ, ਕਿਸੇ ਪਾਸੇ ਹੋਇਆ ਤਾਂ ਨਹੀਂ, ਕੁੜੀ ਦੀ ਗੱਲ ਚੱਲਦੀ ਆ। ਚਲੋ ਸਾਨੂੰ ਵੀ ਐਂ ਸੀ, ਸਾਨੂੰ ਕਹਿੰਦਾ ਵੀ ਕੁੜੀ ਨੂੰ 7 ਬੈਂਡ ਆਏ ਹੋਏ ਨੇ, ਵੀ ਸਤੰਬਰ 'ਚ ਜਾਣਾ ਕਲਾਸ ਆ ਉਹਦੀ, 6 ਸਤੰਬਰ ਨੂੰ ਵੀ ਅਗਸਤ ਚਲੇ ਜਾਊਗੀ। ਅਸੀਂ ਫਟਾਫਟ ਪੜੈਲ ਦੇ ਵਿੱਚ ਕੁੜੀ ਦੇਖੀ, ਮੁੰਡਾ ਦੇਖਿਆ ਅਤੇ ਕਹਿੰਦਾ ਵੀ ਮੇਰੇ ਕੋਲ ਇਕੱਲੀ ਗੁੱਡੀ ਉਹ ਆ, ਪਰ ਮੇਰੀ ਜਿਹੜੀ ਜਾਣ ਪਹਿਚਾਣ ਆ ਵਧੀਆ ਵਰਤਾਓ ਕੈਟਰਿੰਗ ਵਾਲਿਆਂ ਨਾਲ, ਪੈਲਸ ਵਾਲਿਆਂ ਨਾਲ, ਕਿਉਂਕਿ ਮੇਰਾ ਫੁੱਲਾਂ ਕੰਮ ਡੈਕੋਰੇਸ਼ਨ ਦਾ। ਮੈਂ ਕਿਹਾ ਵੀ ਮੈਂ ਤਾਂ ਵਿਆਹ ਕਰਨਾ ਚਾਹੁੰਦਾ, ਬੱਚਿਆਂ ਨਾਲ ਸਲਾਹ ਕਰੀ, ਇਹ ਕਹਿੰਦੇ ਚਲੋ ਆਪਾਂ ਪਾਰਟੀ ਕਰ ਲਵਾਂਗੇ, ਚਲੋ ਜਿਹੜਾ ਗੱਲੇ ਆਉਂਦੇ ਹਾਂ। ਫਿਰ ਇੱਕ ਦਿਨ ਬੇਟਾ ਕਹਿੰਦਾ ਵੀ ਵਿਆਹ ਤਾਂ ਵਿਆਹ ਹੁੰਦਾ ਡੈਡੀ, ਤੁਸੀਂ ਵਿਆਹ ਕਰ ਦਿਓ, ਕੋਈ ਗੱਲ ਨਹੀਂ, ਉਹਦੇ ਬੰਦੇ ਜਿੰਨੇ ਕਹਾਉਣਗੇ ਖਰਚਾ ਆਪਾਂ ਕਰ ਦਾਂਗੇ ਰੋਟੀ ਪਾਣੀ ਦਾ। ਚਲੋ ਮੈਂ ਠੀਕ ਆ, ਉਹ ਕਹਿੰਦਾ ਮੇਰੇ ਕੋਲ ਕੁੜੀ ਉਹ ਆ, ਸਾਰਾ ਖਰਚਾ ਕਰਿਆ ਉਸ ਟਾਈਮ, ਚਲੋ ਸਾਡੀ ਹੋਈ, ਕਹਿੰਦਾ ਵੀ ਖਰਚਾ ਤੁਹਾਨੂੰ ਕਰਨਾ ਪੈਣਾ ਟੋਟਲ, ਉਹ ਲਈ ਕੁੜੀ ਉਹ ਆ। ਮੈਂ ਕਿਹਾ ਫਿਰ ਕੋਈ ਗੱਲ ਨਹੀਂ, ਖਰਚਾ ਤਾਂ ਕਰ ਦਿੰਦਾ, ਪਰ ਅੱਜ ਕੱਲ੍ਹ ਬੱਚਿਆਂ ਦੇ ਹਾਲਾਤ ਦੇਖਦੇ ਹਾਂ, ਬੱਚੇ ਸੂਸਾਈਡ ਕਰ ਲੈਂਦੇ ਨੇ, ਨਹੀਂ ਕੁੜੀਆਂ ਕੈਰੀ ਲੈ ਕੇ ਜਾਂਦੀਆਂ। ਪਰ ਉਹ ਬੰਦੇ ਮੈਨੂੰ ਭਰੋਸਾ ਦਿੱਤਾ, ਮੇਰੀ ਨੂੰਹ ਵਾਲੇ ਵੀ ਭਰੋਸਾ ਦਿੱਤਾ, ਸਨਾਜ ਵਾਲੀਆਂ ਨੇ, ਕਹਿੰਦੇ ਪਾਪਾ ਮੈਂ ਤਾਂ ਵਕੀਲ ਦਾ ਕੋਰਸ ਕਰਨ ਚੱਲੀ ਹਾਂ, ਵੀ ਮੈਂ ਇੱਦਾਂ ਦਾ ਧੋਖਾ ਨਹੀਂ ਕਰੂੰਗੀ। ਮੈਂ ਚਲੋ ਠੀਕ ਆ ਪੁੱਤਰਾ, ਧੋਖਾ ਹੋਣਾ ਵੀ ਨਹੀਂ ਚਾਹੀਦਾ। ਉਹ ਕਹਿੰਦਾ ਉਹਦਾ ਫਾਦਰ ਵੀ ਮੈਂ ਕਿੰਨਾ ਖਰਚਾ ਹੋਊਗਾ ਜੀ, 30,00,000 ਰੁਪਇਆ ਆ ਜੂ, 25 ਤੋਂ 30,00,000 ਰੁਪਈਆ। ਉਹ ਕਹਿੰਦਾ ਜੀ ਮੈਂ ਕਾਗਜ਼ ਬਣਾ ਲਵਾਂਗਾ, ਕੱਲ੍ਹ ਨੂੰ ਬੱਚਿਆਂ ਦੇ ਮਨ ਦਰਾਲ ਆ ਗਈ ਤਾਂ ਮੈਂ 30,00,000 60,000 ਰੁਪਇਆ 60,00,000 ਮੋੜੂੰਗਾ। ਚਲੋ ਮੈਂ ਕੋਈ ਗੱਲ ਨਹੀਂ ਜੀ, ਖਰਚਾ ਕਰਦੇ ਰਹੇ, ਮੰਗਣੇ ਟੋਟਲ ਖਰਚਾ ਕਰਿਆ, ਵਿਆਹ 'ਤੇ ਖਰਚਾ ਕਰਿਆ 11,00,000 ਰੁਪਇਆ, ਮੇਰੇ ਵਿਆਹ ਮੰਗਣ 'ਤੇ ਖਰਚਾ ਆ ਗਿਆ 17,40,000 ਰੁਪਈਆ, ਪੰਜ ਮੇਰਾ ਕਾਲਜ ਫੀਸਾਂ ਦਾ ਖਰਚਾ ਆਇਆ, ਸਾਰਾ ਅਸੀਂ ਬੈਂਕਾਂ 'ਚ ਵਿੱਚੋਂ ਪਾਇਆ, 4,50,000 ਰੁਪਇਆ ਚਾਚੇ ਦੇ ਅਕਾਊਂਟ 'ਚ ਪਾਇਆ, 6,40,000 ਬੇਟੇ ਨੇ GST ਫੀਸ ਭਰੀ, 6,10,000 ਮੈਂ ਆਪਣੇ ਕੁੜਮ ਅਤੇ ਕੁੜਮਣੀ ਨੂੰ ਬੈਂਕ ਵਿੱਚ ਦਿੱਤਾ, UK ਬੈਂਕ 'ਚ ਬਿੱਲ ਲੈ ਜਾ ਕੇ, ਉਹ ਬੈਂਕ ਦੇ ਵਿੱਚ ਰਿਕਾਰਡ ਵੀ ਆ ਵੀ ਅਸੀਂ ਵਿਆਹ 'ਤੇ ਖਰਚਾ ਕਰਿਆ। ਵਧੀਆ ਪ੍ਰੋਸੈਸ ਚੱਲ ਰਿਹਾ ਸੀ, ਮੇਰੀ ਨੂੰਹ ਵਧੀਆ ਪਿਆਰ ਕਰਦੇ ਸਨ, ਸਵੇਰ ਗੁੱਡ ਮੋਰਨਿੰਗ ਪਾਪਾ, ਗੁੱਡ ਮੋਰਨਿੰਗ ਸਾਰਿਆਂ ਕਰਨਾ, ਇਕੱਠੇ ਅਸੀਂ ਫੈਮਿਲੀ 4 ਮੈਂਬਰ ਹੈਗੇ ਸੀਗੇ, ਮੈਂ ਅਤੇ ਮੇਰੀ ਮਿਸ ਜਾਂ ਬੇਟਾ ਅਤੇ ਮੇਰੀ ਨੂੰਹ ਰਾਣੀ ਧੀ ਬਣਾਈ ਸੀਗੀ, ਅਸੀਂ ਬੈਠ ਕੇ ਖਾਇਆ ਪੁੱਤਰਾ, ਸ਼ਾਮ ਨੂੰ ਖਾਣਾ ਆਪਾਂ ਇਕੱਠੇ ਖਾਇਆ ਕਰਨਾ, ਸਵੇਰੇ ਤਾਂ ਅਸੀਂ ਦੁਕਾਨ 'ਤੇ ਚਲੇ ਜਾਂਦੇ ਹਾਂ, ਸਾਰੀ ਦਿਹਾੜੀ ਦੁਕਾਨ 'ਤੇ ਰਹਿਣਾ, ਸ਼ਾਮ ਨੂੰ ਆਪਾਂ ਖਾਣਾ ਇਕੱਠਿਆਂ ਨੇ ਖਾਇਆ ਕਰਨਾ, ਠੀਕ ਆ ਪਾਪਾ ਆਪਾਂ ਇਕੱਠੇ ਬੈਠ ਕੇ ਖਾਵਾਂਗੇ।
संडे झूठी दरखास्त लिखा के सतिंद्रपाल बालिया थाने झूठी दरखास्त लिखा के लिया मेरी कुड़ी कुटमार के अंदर बंद कराया हुआ। उसकी प्रूफ साढ़े को सवेरे 10:30 बजे आ गया से जो बेटी नाल गल करता मेरा को कहता भी तू तैयार रही मैं तेन लैन आऊँगा पर असं उन्होंने रिकॉर्डिंग सुन ली थी असी फिर असी क्या भी की गल बनी मेरा कुटुंब कहता मैं लैके जाने हैं मैं क्या भी तुम धी प्लस जी धीए पोतियाँ बेह वो बदले सियाने मिल के आए हो अचानक फिर फोन करता अपनी कुड़ी सुरेंद्रपाल भी पुत्र तेरी सस सौ रही तेरे माँ प्यो तो इतें ही रहना असी पिंड पंचायत मैंबर गल कर चुके से भी इदा इदा मेरा कुटुंब गल कर रहा भी सारे 25 दिन ब्याह उन्होंने खर्चा कराया 30 लाख रुपया ला चुके हैं। मैं कहा चलो वो हूँ नहीं पुलिस आती जो 4:30 बजे पुलिस ले आए खड़ाती मुलाजम पुछते सनाज बालिया कौन है मैं ये है नौ मेरी बेटी बिठा लिया कह भी तेन तंग परेशान करते हैं कहती नहीं मैंने कोई तंग परेशान नहीं किया गया पुलिस मुलाजम कहते तू गाली गलोच किया कोई वो कहती नहीं मैंने कोई गाली गलोच नहीं किया मैं तंग नहीं मैं खुश हाँ कि मेरी फैमिली बहुत वधिया फैमिली है मैं अचानक मैं पूछा अपने कुड़म वीर जी मुलाजम क्यों लै गए वो कहता भी मेरी कुड़ी खतरा मैं खतरा दसो कि गल आ असी तो 30 लाख रुपये लाया कुड़ी साड़ी जानी छोटी धी हो जी मेरी धी है बनाई कोई प्रॉब्लम ही नहीं जो गुड्डी ने भी बयान देते मुलाजमान वो कहता भी मैं गुड्डी लेके जाने उस टाइम भी जदे मैं अपने मुलाजम आए हुए थे जो पंचायत मैंबर भी बुला ले मैं सरपंच दे पंच उन्होंने भी रिक्वेस्ट करी भी तुम अज लैके ना जाओ जी मुंदी आ कुड़म कुड़म पाँगा धी वाला मुंडे रेड़ी पाँगा पर वह मुंदी भी मैं अपने पंचायत मैंबर खड़न करके दो मुंदियाँ उस बंदे ने दित्तियां अपने कुड़म नूं उस तो बाद खन्ने तो SSP तो मार करके संभाला DSP साहब खैरा साहब को पुलिस मुलाजमान ने उस टाइम बयान दिते भी कोई कुड़ी कुट्टी मारी नहीं सी हुई कोई गलबात नहीं सी कुड़ी खुश सी कुड़ी का फादर धक्के बांह खिंच के लै गया गुड्डी साड़ी नौरां नहीं गेट तो भी वापस मुड़ती सी पर फादर ने बांह छड्डी डौरी का केस भी पता मेरे मेरे बेटे के खर्चे का पता साढ़े डौरी का पता मेरी गुड़ी तो मेरी जवाई तो लड़ाई झगड़े का पता मेरी गुड़ी का ब्याह तो आई हो नहीं असी मामला लिखाया उन्होंने जी 420 का फ्रॉड का कराया उन्होंने फिर खन्ने SPD सन मैडम बुला रहे उत्थे साड़ी सुनवाई हुई सवाल DSP साहब ने सुनवाई करी पहला फिर सवाल DSP साहब ने बुला साहब ने साड़ी सुनवाई की DSP साहब ने की फिर SSO साहब की ड्यूटी लाई तो साड़ी चल रही है पर साढ़े पल कुछ नहीं पै रहा मेरे तो पुत भी रोटी चज ना खाँदा नहीं ना मेरे घर के खाँदे मेरी शुगर बढ़ के मेरी एक अख की निगाह भी चले गई मैं 4 हॉस्पिटल चेक करा चुके डॉक्टर कहते हम छेड़खानी करिए दूसरी अख की अख मेरे निगाह चले जाऊगी उन्होंने बन की सज़ा दी जाए मेरे बेटे जो मेरी धी सुन दी नौरा ने तो जरूर नाल लैके जाए नहीं रखना तो साढ़े जो करजा चुके 18 लाख रुपया ब्याज से फड़या हुआ 10 लाख रुपया लोन लिता मैं बहुत ज़्यादा परेशान हाँ जो लोन लिता वो किस्त भी चौड़े महीने आँदी है जोड़ा 18 लाख ब्याज से फड़िया वो भी जो महीने महीने रकम होनी पैंती है एक फुलों की दुकान तो बंदा किन्ने चिर करूँ मैं 27 साल हो गए फुलों का कम करते मैं बहुत ज़्यादा तंग परेशान हाँ मैं 20 साल जो कम कर लगे हाँ मेरी उम्र 47 साल दी हो चुकी है इस टाइम मैं कम करने चुका नहीं रहा मेरी अख की निगाह भी चले गई मेरी सुनवाई होनी चाहिए है जो कुछ सुनता तो एक बलविंदर सिंह पड़ौदी का उन्हें कंप्लेंट फाइल की मानयोग SSP साहब खन्ना को उनकी इनकुआरी मेरे तो पहलों DSP साहबान ने की तो उन्होंने इनकुआरी दौरान यह पाया कि बलविंदर का लड़का करणजोत शहनाज वालिया नाँ की लड़की सी सुरेंद्रपाल की बेटी दाऊदपुर की इन्हां दी मैरिज हुई सी लेकिन मैरिज इस कंडीशन ते हुई सी कि शहनाज वालिया जिहड़ी है ये आइलेट्स कीती हुई सी इहदे 6.5 बैंड सी तां बलविंदर ने सोचा कि मेरा लड़का जे मैं आपदे लड़के दे नाल शादी कर दिया तो मेरा लड़का भी बाहर चल जाए बाहर भेजण दे लालच विच आ के दोनों घरां दी सहमति नाल ये जी मैरिज कंप्लीट हो गई सी। इस मैरिज के भी खर्चा टोटली बलविंदर सिंह खरा ने किया हुआ सी उस तो मगरों उन्हों जी बार की फीस वो टोटल खर्चा भी कर लिया उस तो मगरों इन आपसी डिस्प्यूट खड़ा हो गया तो शहनाज वालिया के फादर जोड़े सुरेंद्रपाल ने वो आके लड़की
उनके सहुरियां दे घरों वापस ले गए। मैं इत्थे भी तुहानूं जरूर दसूंगा कि जदों सहुरियां दे घरों लैण आए तो उन्होंने पहले पुलिस को कंप्लेंट की थी थाने समराले, तो थाने समराले की पुलिस नाल गई, पर जो कंप्लेंट दे एलीगेशन सी वो ठीक नहीं सी। जो पुलिस ने उत्थे वाच कीते ते अपनी रिपोर्ट दिती, उन्होंने कहा इदां दा कुछ नहीं सी, इन्हें कहा जी मेरी बेटी नूं बंधक बनाया होया, उन्हें टॉर्चर करते हैं। तो जब पुलिस गई तो अपने किचन च काम करती सी और उन्हें पुलिस नूं दस्या भी मेरे नाल इदां दा कुछ नहीं, लेकिन अल्टीमेटली उत्थों वापस चले। उस तो मगरों इन्हों का जो डिस्प्यूट पै गया तो सुरेंद्रपाल आरा ने रोपड़ SSP साहब से कंप्लेंट फाइल करती डोरी एक्ट के अकॉर्डिंग, जिंदी इनकुआरी की पड़ताल DSP चमकौर साहब ने। DSP चमकौर साहब ने अपनी इनकुआरी रिपोर्ट वो दरखास्त झूठी साबित कर दिता भी इदा का कोई हालात नहीं। तो मेरे तो पहले रहे DSP साहब ने इनकुआरी करके भेजी सी, फिर उनके कमेंट्स जड़े ने उन्हों की ट्रांसफर हो गई, मैं आ गया, मेरे तो भी लै गए, तो मैं भी उन्होंने अपनी सहमति प्रकट की। तो उस बेस से इन के खिलाफ जोड़ा मुकदमा दर्ज जोड़ा हो चुका है, 14 नंबर FIR दर्ज हो गई है 420 और इनकी इन्वेस्टिगेशन जो चल रही है। ये चार जने ने सुरेंद्र शहनाज, एक इनकी शहनाज की मदर है, एक होर लड़का, चार बंदों के खिलाफ। मेरे नोटिस नहीं अजे कि इन्हों की कोई गिरफ्तारी हुई है या नहीं अजे, लेकिन FIR दर्ज हो चुकी है।